ਆਏ ਜਿਮ ਬਿਨ ਤੇਜ ਨ ਰੂਪ ਗੁਸਾਈ ਨਿਜ ਸੁਖ ਬਿਨ ਮਨ ਹੋਏ ਕੀ ਥੀਰਾ ਪਰਸ ਕੀ ਹੋਏ ਬੀਨ ਸਮੀਰਾ। ਲਾਲਦਾਸ ਜੀ ਵਿਵਾਦਾਸਪਦ ਰਾਮ ਜਨਮ ਭੂਮੀ ਕੇ ਕੋਰਟ ਨਿਯੁਕਤ ਪੁਜਾਰੀ ਹੈ। ਵਿਸ਼ਵ ਹਿੰਦੂ ਪਰਿਸ਼ਦ ਨੇ ਮੰਦਿਰ ਬਣਾਉਣੇ ਕਾ ਕਾਰਜ ਸ਼ੁਰੂ ਕੀਆ ਹੈ, ਇਸਕੇ ਬਾਰੇ ਮੈਂ ਕਿਆ ਸੋਚਤਾ। ਇਹ ਤਾਂ ਇੱਕ ਰਾਜਨੀਤਿਕ ਮੁੱਦਾ ਹੈ। ਵਿਸ਼ਵ ਹਿੰਦੂ ਪਰਿਸ਼ਦ ਨੇ ਜੋ ਕਾਰਜਕ੍ਰਮ ਚਲਾਇਆ ਹੈ ਮੰਦਿਰ ਤੋਂ ਬਣਾਉਣੇ ਕੇ ਲਈ ਕੋਈ ਰੋਕ ਨਹੀਂ ਥਾ, ਫਿਰ ਹਮਾਰੇ ਯਹਾਂ ਐਸਾ ਕੋਈ ਵਿਧਾਨ ਨਹੀਂ ਹੈ ਕਿ ਹਮ ਭਗਵਾਨ ਕੋ ਅਲੱਗ ਹਟਾ ਕਰਕੇ ਕਿਸੀ ਜਗ੍ਹਾ ਰੱਖੇ ਜਾਏ, ਕਿਉਂਕਿ ਭਗਵਾਨ ਜਹਾਂ ਵਿਰਾਜਮਾਨ ਹਮਾਰੇ ਹੋਤੇ ਹਮ ਉਸਕੋ ਮੰਦਿਰ ਹੀ ਮਾਨਤੇ ਹੈ। ਹਮਾਰੇ ਯਹਾਂ ਹਿੰਦੂ ਪਰੰਪਰਾ ਹੀ ਹੈ, ਚਾਹੇ ਉਹ ਕਿਸੀ ਵੀ ਮਕਾਨ ਮੇ ਰੱਖ ਦੀਏ ਜਾਏ ਤਬ ਵੀ ਹਮ ਉਸਕੋ ਮੰਦਿਰ ਹੀ ਕਹਤੇ ਹੈ, ਕਿਉਂਕਿ ਭਗਵਾਨ ਜਹਾਂ ਵਿਰਾਜਮਾਨ ਹੈ ਉਹ ਮੰਦਿਰ ਹੀ ਹੋਤਾ ਹੈ। ਫਿਰ ਅਲੱਗ ਸੇ ਮੰਦਿਰ ਬਣਾਉਣੇ ਕਾ ਕੋਈ ਔਚਿਤ ਨਹੀਂ, ਅਗਰ ਅਲੱਗ ਸੇ ਵੀ ਬਣਾਇਆ ਜਾਤਾ ਤੋ ਉਸ ਇਮਾਰਤ ਮੇ ਜਿਸਮੇ ਭਗਵਾਨ ਵਿਰਾਜਮਾਨ ਹੈ ਹਮ ਉਸਕੋ ਤੋੜਨਾ ਵੀ ਨਹੀਂ ਚਾਹਤੇ ਹੈ, ਔਰ ਜੋ ਲੋਕ ਤੋੜਨਾ ਚਾਹਤੇ ਹੈ ਵੋ ਇਸ ਮੁੱਦੇ ਕੋ ਲੇਕਰ ਤੋੜਨਾ ਚਾਹਤੇ ਹੈ ਕਿ ਪੂਰੇ ਹਿੰਦੁਸਤਾਨ ਮੇ ਇੱਕ ਤਨਾਵ ਕੀ ਸਥਿਤੀ ਪੈਦਾ ਹੋ ਔਰ ਹਿੰਦੂ ਮਤ ਜੋ ਹੈ ਹਮਾਰੇ ਪਕਸ਼ ਮੇ ਹੋ। ਉਨਕੋ ਇਹ ਚਿੰਤਾ ਨਹੀਂ ਹੈ ਕਿ ਕਿਤਨਾ ਬੜਾ ਜਨਸੰਹਾਰ ਹੋਗਾ, ਕਿਤਨੇ ਲੋਕ ਮਾਰੇ ਜਾਏਗੇ, ਕਿਤਨੇ ਕਟੇਂਗੇ, ਕਿਤਨੀ ਬਰਬਾਦੀਆਂ ਹੋਂਗੀ, ਯਾ ਜੋ ਮੁਸਲਿਮ ਬਾਹੁਲ ਖੇਤਰ ਮੇ ਹਿੰਦੂ ਰਹਿਤੇ ਉਨਕੀ ਕਿਆ ਪਰਿਸਥਿਤੀ ਹੋਗੀ। ਹਮਾਰੇ ਦੇਸ਼ ਕੇ ਸਾਹਮਣੇ ਤਮਾਮ ਐਸੀ ਸਮੱਸਿਆਏ ਹੈ ਕਿ 1949 ਸੇ ਆਜ ਤੱਕ ਕਿਸੀ ਮੁਸਲਮਾਨ ਨੇ ਵਹਾਂ ਕੋਈ ਅਵਰੋਧ ਨਹੀਂ ਪੈਦਾ ਕੀਆ, ਲੇਕਿਨ ਜਬ ਇਹਨੇ ਯਹ ਨਾਰਾ ਦਿਆ ਕਿ ਬਾਬਰ ਕੇ ਸੰਤਾਨੋ ਸੇ ਖੂਨ ਕਾ ਬਦਲਾ ਲੈਣਾ ਹੈ, ਤਬ ਪੂਰਾ ਦੇਸ਼ ਜੋ ਹੈ ਉਹ ਦੰਗਾ ਗ੍ਰਸਤ ਹੋ ਗਿਆ ਔਰ ਕਮ ਸੇ ਕਮ ਹਜ਼ਾਰੋਂ ਲੋਕ ਇਸਮੇ ਮਾਰੇ ਗਏ, ਮੌਤ ਕੇ ਘਾਟ ਉਤਾਰ ਦੀ ਗਏ। ਲੇਕਿਨ ਤਬ ਵੀ ਇਨ ਲੋਕੋ ਨੇ ਜਰਾ ਸਾ ਇਹ ਮਹਿਸੂਸ ਨਹੀਂ ਕੀਆ ਕਿ ਯਹ ਤਨਾਵ ਜੋ ਦੇਸ਼ ਮੇ ਫੈਲ ਰਹਾ ਹੈ, ਹਿੰਦੂ ਮੁਸਲਿਮ ਕੀ ਜੋ ਏਕਤਾ ਅੱਜ ਹਮਾਰੇ ਦੇਸ਼ ਮੇ ਬਨੀ ਹੋਈ ਥੀ, ਤਮਾਮ ਮੁਸਲਿਮ ਸ਼ਾਸਕੋ ਨੇ ਮੰਦਿਰੋਂ ਕੋ ਜੋ ਜਾਗੀਰੇ ਦੀ, ਅੱਜ ਜਾਨਕੀ ਘਾਟ ਮੇ ਮਾਫੀਨਾਮਾ ਮਿਲਾ, ਹਨੁਮਾਨਗੜ੍ਹੀ ਕੇ ਬਹੁਤ ਸੇ ਭਾਗ ਮੁਸਲਮਾਨੋ ਕੇ ਬਣਾਏ ਹੋਏ ਹੈ, ਫਕੀਰ ਰਾਮ ਜੀ ਕਾ ਮੰਦਿਰ ਮੁਸਲਮਾਨੋ ਕਾ ਮਾਫੀਨਾਮਾ ਹੈ, ਇਹ ਤਮਾਮ ਜੋ ਜਾਗੀਰੇ ਮੁਸਲਮਾਨੀ ਸ਼ਾਸਕੋ ਦੁਆਰਾ ਮੰਦਿਰੋਂ ਮੇ ਦੀ ਗਈ ਔਰ ਅਮੀਰ ਅਲੀ ਔਰ ਬਾਬਾ ਰਾਮਚਰਨ ਦਾਸ ਕੇ ਜੋ ਸਮਝੌਤੇ ਥੇ ਕਿ ਹਮ ਹਿੰਦੂ ਔਰ ਮੁਸਲਮਾਨ ਦੋਨੋਂ ਏਕ ਮਿਲ ਕਰਕੇ ਰਹੇਂਗੇ, ਉਸੀ ਜਨਮ ਭੂਮੀ ਕੇ ਪਾਠ ਮੇ ਦੋ ਭਾਗ ਕੀਆ ਗਿਆ ਕਿ ਇੱਕ ਤਰਫ਼ ਮੁਸਲਮਾਨ ਨਿਵਾਜ ਪੜ੍ਹੇਂਗੇ, ਇੱਕ ਤਰਫ਼ ਹਿੰਦੂ ਪੂਜਾ ਕਰੇਂਗੇ, ਇਹ ਸਾਰੀ ਬਾਤੇਂ ਜੋ ਥੀ ਉਸ ਪਰ ਇਨ ਲੋਕੋ ਨੇ ਪਾਣੀ ਫੇਰ ਦੀਆ। ਆਜ ਤੱਕ ਜੋ ਪੂਰੇ ਹਿੰਦੁਸਤਾਨ ਕੇ ਅੰਦਰ ਮੇ ਇਸ ਤਰ੍ਹਾਂ ਸੇ ਦੰਗੇ ਫੈਲਾਏ ਗਏ, ਇਹ ਮਾਤਰ ਇੱਕ ਸੰਪ੍ਰਦਾਇਤਾ ਕਾ ਦੰਗਾ ਕੁਰਸੀ ਔਰ ਪੈਸੇ ਕੇ ਲਈ ਫੈਲਾਏ ਗਏ, ਨਾ ਕਿ ਇਹ ਰਾਮ ਜਨਮ ਭੂਮੀ ਕੇ। ਮੈਂ ਤੋ ਇਹ ਕਹਿਣਾ ਚਾਹਤਾ ਹੂੰ, ਮੈਂ ਰਾਮ ਜਨਮ ਭੂਮੀ ਮੰਦਿਰ ਕਾ ਪੁਜਾਰੀ ਹੂੰ, ਮੈਂ ਬਿਲਕੁਲ ਸੱਤ ਕਹਿ ਰਹਾ ਹੂੰ ਆਪਸੇ ਕਿ ਆਜ ਤੱਕ ਵਿਸ਼ਵ ਹਿੰਦੂ ਪਰਿਸ਼ਦ ਕੇ ਲੋਕੋ ਨੇ ਵਹਾਂ ਪਰ ਇੱਕ ਮਾਲਾ ਵੀ ਨਹੀਂ ਚੜ੍ਹਾਇਆ, ਭਗਵਾਨ ਕੀ ਪੂਜਾ ਅਰਚਨਾ ਤੱਕ ਉਨ ਲੋਕੋ ਨੇ ਨਹੀਂ ਕਰਵਾਇਆ ਵਹਾਂ ਪਰ, ਔਰ ਕਬ ਬਲਕਿ ਉਨ੍ਹੋਂਨੇ ਵਿਵਧਾਨ ਡਾਲਾ, ਹਮਨੇ ਹਾਈ ਕੋਰਟ ਮੇ ਰਿਟ ਦਾਇਰ ਕੀਆ ਔਰ ਰਿਟ ਦਾਇਰ ਕਰਕੇ ਤਬ ਵਹਾਂ ਕੀ ਭੋਗ ਵਿਵਸਥਾ ਚਾਲੂ ਕਰਵਾਇਆ, ਤੋ ਯਹਾਂ ਕੀ ਜਨਮਾਨਸ ਨੇ ਕਭੀ ਇਸਕੋ ਸਵੀਕਾਰ ਨਹੀਂ ਕੀਆ, ਲੇਕਿਨ ਇਸਮੇ ਕੁਛ ਕਿਰਾਏ ਕੇ ਸਾਧੂ ਜਿਨਕੋ ਪੈਸਾ ਚਾਹੀਏ ਪੈਸੇ ਪਰ ਖਰੀਦੇ ਗਏ, ਰਾਮ ਸ਼ਿਲਾਏ ਘੁਮਾਈ ਗਈ, ਉਸਕੇ ਉਨ ਰਾਮ ਸ਼ਿਲਾਓ ਕੋ ਉਨ ਲੋਕੋ ਨੇ ਆਪਣਾ ਕਮਰਾ ਆਪਣਾ ਮਕਾਨ ਬਣਾਉਣਾ ਸ਼ੁਰੂ ਕੀਆ ਔਰ ਕਾਫੀ ਜਨ ਭਾਵਨਾਓ ਕੋ ਉਨ੍ਹੋਂਨੇ ਦੋਹਨ ਕਰਕੇ ਔਰ ਬੜੀ ਬੜੀ ਬਿਲਡਿੰਗੇ ਤਿਆਰ ਕਰ ਲਈ, ਕਰੋੜੋ ਅਰਬੋ ਰੁਪਏ ਇਨ ਲੋਕੋ ਨੇ ਇਕੱਠਾ ਕੀਆ, ਵਿਭਿੰਨ ਬੈਂਕੋ ਮੇ ਇਨ੍ਹੋਂ ਨੇ ਡਾਲਾ ਔਰ ਲਾਖੋਂ ਰੁਪਿਆ ਉਨ੍ਹੋਂ ਵਿਅਕਤੀਗਤ ਆਪਣੇ ਖਾਤੇ ਮੇ ਇਨ ਲੋਕੋ ਨੇ ਡਾਲਾ, ਤੋ ਲੋਕੋ ਕੀ ਹੱਤਿਆਏ ਹੋ ਜਾਏ, ਲੋਕ ਨਸ਼ਟ ਹੋ ਜਾਏ, ਇਸੇ ਇਨਕੋ ਕੋਈ ਮਤਲਬ ਨਹੀਂ, ਇਨਕੋ ਮਤਲਬ ਪੈਸਾ ਮਿਲੇ ਕੁਰਸੀ ਮਿਲੇ। ਯਹਾਂ ਜੋ ਲੋਕ ਹਿੰਦੂ ਰਾਸ਼ਟਰ ਕੀ ਬਾਤ ਕਰਤੇ ਹੈ, ਰਾਮ ਕੇ ਨਾਮ ਪਰ ਤਨਾਵ ਫੈਲਾਤੇ ਹੈ, ਹਿੰਸਾ ਕਰਤੇ ਹੈ, ਇਹ ਸਭੀ ਉੱਚ ਜਾਤ ਕੇ ਲੋਕ ਹੈ ਔਰ ਇਹ ਸਭ ਕੇ ਸਭ ਸੁਵਿਧਾ ਭੋਗੀ ਹੈ, ਇਨਮੇ ਤਿਆਗ ਔਰ ਤਪੱਸਿਆ ਔਰ ਜਨ ਮਾਨਸ ਕਾ ਹਿਤ ਲੇਸ ਮਾਤਰ ਨਹੀਂ ਹੈ, ਇਹ ਕੇਵਲ ਧਾਰਮਿਕ ਭਾਵਨਾਓ ਕੋ ਬਾਹਰ ਕਰਕੇ ਔਰ ਸਵਯਂ ਕੋ ਸੁਖ ਸੁਵਿਧਾ ਮੇ ਵੋ ਪਰਿਣਿਤ ਕੀ ਹੋਏ ਹੈ, ਇਹ ਜਨਹਿਤ ਕੀ ਬਾਤ ਕਰ ਹੀ ਨਹੀਂ ਸਕਤੇ। ਲੇਕਿਨ ਆਜ ਬੜੇ ਬੜੇ ਮਠ ਹੈ, ਕਰੋੜੋਂ ਅਰਬੋਂ ਕੀ ਸੰਪੱਤੀ ਉਸਮੇ ਹੈ ਔਰ ਹਮ ਪੈਦਲ ਛੋੜ ਕਰਕੇ ਏਅਰਮੇਲ ਸੇ ਚਲਤੇ ਹੈ, ਫਸਟ ਕਲਾਸ ਕੀ ਟਿਕਟ ਪਰ ਚਲਤੇ ਹੈ, ਏਅਰ ਕੰਡੀਸ਼ਨ ਕੇ ਕਮਰੇ ਮੇ ਰਹਤੇ ਹੈ, ਤੋ ਜਹਾਂ ਪਰ ਹਮ ਇੱਕ ਤਰਫ ਭੌਤਿਕ ਬਾਦ ਉਸ ਭੌਤਿਕ ਬਾਦੀ ਵਿਵਸਥਾ ਸੇ ਅਲੱਗ ਹੋ ਕਰਕੇ ਤਿਆਗ ਔਰ ਤਪੱਸਿਆ ਔਰ ਜਨਹਿਤ ਕੀ ਬਾਤ ਸੋਚਤੇ ਥੇ,
उस जगह हम उसको त्याग करके और हम भौतिक व्यावादी व्यवस्था में परिणित हो चुके हैं। जब हम भौतिक व्यादी व्यवस्था में पूर्ण रूप से लिप्त हो चुके हैं तो हम भौतिकवाद की ही बात सोचेंगे, हम उससे परे हट नहीं सकते हैं। तो ये आज के धर्माचार्यों को कि आप क्या कहेंगे, हम तो इनको भौतिकवादी व्यवस्था का एक पोषक मानता हूँ मैं। ये जो पूंजीपति कहते हैं कि हिंदू धर्म की रक्षा, हिंदू धर्म की रक्षा, मैं कह रहा हूँ कि यहीं पर देश के पूंजीपति हैं जो आज धर्म की, आज अशोक सिंघल को इस बात को जो कह रहे हैं कि हम बहुत बड़े राम के भक्त हैं। क्या राम का यही आदर्श है कि 90% लोग भूखों मरे? ये हमारे देश की जो विषमता है आज, ये क्या इन धर्माचार्यों की स्थिति पे नहीं चाहिए? अगर आप बड़े पूंजीपति हैं, आपके पास पैसा है, आपके कहने में एक पूंजीपति समुदाय देश का है, तो उन पूंजीपतियों से पैसा लेकर के उन गरीबों में लगाइए आप, जैसे मदर टेरेसा कर रही है, या और जिन धर्माचार्यों ने किया है, पूर्व जो धर्माचार्यों हमारे ने किया है उनका अनुकरण करें आप। और अयोध्या ही नहीं पर कि पूरे भारत की जनमानस को इसका विरोध करना चाहिए कि किसी की धार्मिक भावना पर ठेस नहीं पहुंचाना चाहिए। हम किसी के दिल को तोड़े नहीं, हमारा धर्म ये अलाउ नहीं करता है, इस चीज़ को कभी अनुमति नहीं देता है। राम का हमारा ये जो आदर्श है राजनीति का, वो यही है कि जनता सुखी रहे, और जिस तरह से मुख में हम भोजन डालते हैं पेट को मिलता, सभी अंगों को मिलता, उसी तरह से सारी जनता हमारी है, कोई उसमें छोटा बड़ा कोई उसमें ऐसा नहीं है। लेकिन उन आदर्शों की सीधी हत्या की गई। मगर आज जो लहर चल रही है हमारे देश में, इस लहर में जो लोग घृणा की भाषा बोलते हैं उनके पीछे ज़्यादा लोग चलते हैं, और जो लोग प्यार की भाषा बोलते हैं जैसे आप बोल रहे हैं उनके पीछे कम लोग हैं? ऐसा नहीं है, ये तो जैसे बाढ़ आती है भाटे की तरह से, जब तूफान आता है तो उसमें तमाम पेड़ गिर जाते हैं, तमाम मकान ढह जाते हैं, सड़क नष्ट हो जाते हैं, तमाम परिवहन सेवाएँ ठप हो जाती हैं। एक दोहा लिखा है आरण्यकांड में कि हरित भूमि तृण संकुल समुझ पर ही नहीं पंथ, जिम पाखंड बाधते लुप्त भये सदग्रंथ। जब घोर बरसात होती है जितनी घास उग जाती है, जो सही रास्ते वो दिखाई नहीं पड़ते हैं, उसी तरह जिस तरह से पाखंडियों की बात से सही बात जो है छिप जाती है। जैसे कोई आदमी खा लिया कोई नशा, नशा जब तक उसके शरीर में रहेगा तब तक कोई भी क्रिया कर सकता है, पागल भी हो सकता है, अटैक भी कर सकता है, स्वयं की आत्महत्या कर सकता है, ये सब उन्माद होते हैं, विचार चिंतन ये सब नष्ट हो जाते हैं। लेकिन ये बरसात ऋतु थोड़ी ही देर तक होती है, बाद में लोगों की समझने की सोचने की ये क्षमता होती है। तो आज जो कुछ लोगों में इस तरह की बातें हैं ये एक उन्माद है, और जब लोगों को असलियत सामने आ जाएगी, जब लोग जान जाएंगे कि हाँ ये बात गलत कही गई, हम लोगों को गुमराह किया गया, तो अपने ही लोग उसका बहिष्कार कर देंगे। मैं बहुत दुख महसूस करता हूँ, तब भी मैं अपने को उतना ही संयम उतना ही धैर्य में अपना बना रखा हूँ। तूफान है लेकिन उस तूफान से हम उसे विचलित नहीं होना चाहिए। ये भाटे की तरह से आया और गया। देखो जग बोराना सांच का हो तो मारन धावे, झूठे जग पतियाना साधु देखो जग बोराना, हिंदू कहत है राम हमारा मुसलमान रहमाना, आपस में दो लड़े मरत हैं मर्म कोई नहीं जाना, मर्म कोई नहीं जाना, माला पहरे टोपी पर
पहिरे छाप तिलक अनुमाना। बहुतक देखे पीर आलिया पढ़े किताब कुराना। करे मुरीद कबर बतलावे उनहु खुदा न जाना। उनहु खुदा न जाना। या विधि हंसत चलत है हमको आप कहावे सियाना। कह कबीरा सुनो भाई साधो। कह कबीरा सुनो भाई साधो। इनमें कौन दीवाना। इनमें कौन दीवाना। साधु देखो जग बौराना। साधु देखो जग बौराना।